ਚਾਚਾ ਜੀ ਕੀ ਹਾਲ ਚਾਲ? ਹਾਂਜੀ ਹਾਂਜੀ ਕਿੱਦਾਂ ਸ਼ਿਰਾ? ਵਧੀਆ ਹੋਰ ਠੀਕ ਠਾਕ ਹੈ। ਚੜਦੀ ਕਲਾ ਤੂੰ ਸੁਣਾ। ਹਾਂ ਚੜਦੀ ਕਲਾ। ਹੋਰ ਠੀਕ ਠਾਕ ਹੈ? ਹਾਂ ਵਧੀਆ ਵਧੀਆ। ਮੈਂ ਇੱਕ ਦੋ ਬੰਦਿਆਂ ਦਾ ਸੁਣਿਆ ਜਦੋਂ ਕਾਲੀਦਲ ਦੀ ਆਪਾਂ ਵੀਡੀਓ ਪਾਉਣੇ ਆ। ਹਾਂ ਤੇ ਕਈਆਂ ਨੂੰ ਮਿਰਚਾਂ ਵੜੀਆਂ ਲੱਗਦੀਆਂ। ਗੱਲ ਇਹ ਪੁੱਤਰਾ ਇਹ ਨੇ ਲਾਲਚੀ ਲੋਕ। ਹੂੰ ਇਹਨਾਂ ਦੀ ਜਿਹੜੀ ਸੋਚ ਹੈ ਨਾ ਉਹ ਟਿਕੀ ਏ ਆਪਦੇ ਲਾਲਚ ਨਾਲ। ਇਹਨਾਂ ਦਾ ਕੋਈ ਦੀਨਦਾਰ ਮਨਾਂ ਦੀ ਗੱਲ ਨਹੀਂ ਰਹੇਗੀ। ਇਹਨਾਂ ਦਾ ਮਤਲਬ ਇਹ ਹੁੰਦਾ ਵੀ ਜਿਹਦੀ ਸਰਕਾਰ ਆਈ ਉਹਦੇ ਨਾਲ ਹੀ ਜੁੜ ਗਏ। ਹਨਾ? ਆਪਾਂ ਕਾਲੀ ਦਲ ਨੂੰ ਕਿਉਂ ਪਿਆਰ ਕਰਦੇ ਆਂ ਕਾਲੀ ਦਲ ਦੇ ਬਾਰੇ ਕਿਉਂ ਬੋਲਦੇ ਆਂ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਨਾ ਤਾਂ ਆਪਾਂ ਕਦੀ ਸਰਕਾਰ ਦੇ ਵੇਲੇ ਉਹਦੇ ਲੈ ਨਾ ਕਦੇ ਹੋਣ ਕਿਸੇ ਕੋਲੋਂ ਦਾ ਮੰਗਿਆ ਨਾ ਜਾ ਕੇ ਕਦੀ ਹਲਕਾਣ ਚਾਰਜਾਂ ਦੇ ਦਿਮਾਗ ਖਾਦੇ ਕਿ ਆਹ ਕਰੋ ਜੀ ਇੰਜ ਕਰੋ ਜੀ ਨਾ ਜਾ ਕੇ ਕਦੀ ਪਾਰਟੀ ਨੂੰ ਆਖਿਆ ਵੀ ਇੰਜ ਸਾਡੇ ਲਈ ਕਰੋ ਸਾਡੀ ਇੱਕ ਸੋਚ ਕਾਲੀ ਹੈ ਸਾਡਾ ਜਜ਼ਬਾਤ ਕਾਲੀ ਹੈ ਇਹ ਸਾਡੇ ਪੁਰਖਿਆਂ ਦੀ ਪਾਰਟੀ ਹੈ ਤੇ ਕ ਕਾਲੀ ਦਲ ਹੀ ਹੈ ਜਿਹੜੀ ਕੌਮ ਦੀ ਅਗਵਾਈ ਕਰ ਸਕਦੀ ਹੈ ਅੱਜ ਕਿਤੇ ਵੀ ਲੋੜ ਪੈਂਦੀ ਹੈ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਨੂੰ ਚਾਹੇ ਗੁਜਰਾਤ ਚ ਹੋਵੇ ਚਾਹੇ ਮੱਧ ਪ੍ਰਦੇਸ਼ ਚ ਹੋਵੇ ਚਾਹੇ ਉਹ ਯੂਪੀ ਚ ਹੋਵੇ ਉਤਰਾਖੰਡ ਚ ਹੋਵੇ ਸੱਤਿਸਗੜ੍ਹ ਚ ਹੋਵੇ ਕਿਤੇ ਵੀ ਹੋਵੇ ਤੇ ਹਮੇਸ਼ਾ ਜਾ ਕੇ ਉਹਨਾਂ ਨਾਲ ਸ਼ਰੋਮਣੀ ਅਕਾਲੀ ਦਲ ਹੀ ਖੜਦਾ ਕਦੇ ਵੇਖਿਆ ਰਾਹੁਲ ਗਾਂਧੀ ਖੜਿਆ ਹੋਵੇ ਕਦੇ ਵੇਖਿਆ ਜੇ ਕਿ ਜੇਪੀ ਨੱਡਾ ਖੜਿਆ ਹੋਵੇ ਜਾਂ ਜਿਹੜਾ ਪੰਜਾਬੀਆਂ ਨੇ ਨਵਾਂ ਸਿਹੜਿਆ ਕਿਤੇ ਕੇਜਰੀਵਾਲ ਜਾ ਕੇ ਉਹਨਾਂ ਨਾਲ ਖੜਿਆ ਹੋਵੇ ਸੋ ਇਹ ਸਾਡੀ ਕੁਰਬਾਨੀਆਂ ਨਾਲ ਬਣੀ ਪਾਰਟੀ ਆ ਇਸ ਕਰਕੇ ਇਹ ਲੋਕਾਂ ਦਾ ਤਾਂ ਕੋਈ ਨਹੀਂ ਇਹਨਾਂ ਲੋਕਾਂ ਦਾ ਕੀ ਆ ਮੈਨੂੰ ਮੈਂਬਰੀ ਨਹੀਂ ਮਿਲੀ ਤਾਂ ਰੁੱਸ ਗਏ ਜਿੰਨੂੰ ਸਰਪੰਚੀ ਨਹੀਂ ਮਿਲੀ ਉਤਾਰ ਉਸ ਗਿਆ ਜੇ ਕਿਤੇ ਐਮਐਲਏ ਨੇ ਫੋਨ ਨਾ ਚੁੱਕਿਆ ਤੇ ਉਤਾਰ ਉਸ ਗਿਆ ਇਹਨਾਂ ਲੋਕਾਂ ਦੀ ਸੋਚ ਬੜੀ ਥੱਲੇ ਆ ਆਪਾਂ ਸੋਚਨੇ ਆ ਕੌਮੀ ਲੈਵਲ ਦੇ ਉੱਤੇ ਕਿ ਸਾਡੇ ਜਿਹੜੀ ਕੌਮ ਦੀ ਗੁਆਹੀ ਕਰਨ ਵਾਲੀ ਕੋਈ ਨਾ ਕਿ ਜਿਹੜੀ ਪਾਰਟੀ ਹੈ ਨਾ ਉਹ ਚਾਹੀਦੀ ਹੈ ਹਮੇਸ਼ਾ ਇੱਕ ਗੱਲ ਯਾਦ ਰੱਖੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਚ ਤੁਹਾਡੇ ਸਿੱਖਾਂ ਦੀਆਂ ਵੱਡ ਵਡੇਰਿਆਂ ਦੀਆਂ ਗੁਰੂ ਸਾਹਿਬਾਨ ਦੀਆਂ ਸ਼ਤਾਬ ਦੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਜਿਹੜੇ ਸਾਡੇ ਕੱਲੂ ਕਾਰੇ ਹੋਏ ਸਿੱਖਾਂ ਦੇ ਨਾਲ ਜਿਹੜਾ ਸਾਡਾ ਕਤਲੇਆਮ ਹੋਇਆ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਤੇ ਜਿਹੜਾ ਹਰਮੰਦਰ ਸਾਹਿਬ ਦੇ ਚ ਚਾਰਸ਼੍ਰੀ ਗਲਿਆਰਾ ਬਣਿਆ ਹਨਾ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਜੰਗੇ ਆਜ਼ਾਦੀ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਪੰਜ ਪਿਆਰਿਆਂ ਦੇ ਨਾਂ ਦੇ ਉੱਤੇ ਹੋਰ ਜਿਹੜੇ ਸਾਡੇ ਦੇਸ਼ ਭਗਤ ਸਾਨਾ ਸੰਤ ਮਹਾਪੁਰਸ਼ਾਂ ਨੂੰ ਉਹਨਾਂ ਦੇ ਨਾਂ ਦੇ ਉੱਤੇ ਯਾਦਗਾਰਾਂ ਸਾਰੀਆਂ ਗਈਆਂ ਜਿਵੇਂ ਕਿਸੇ ਨੇ ਕਿਹਾ ਸੀ ਨਾ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਅੱਜ ਪੁੱਤਰ ਇੱਕ ਗੱਲ ਸੋਚਣ ਵਾਲੀ ਹੈ ਮੋਦੀ ਦਾ ਰਾਜ ਆਇਆ ਉਹ ਰਾਮ ਮੰਦਰ ਬਣਿਆ ਹੈ ਨਾ Hindu ਵੀਰ ਸਾਰੇ ਇਸੇ ਕਰਕੇ ਮੋਦੀ ਨੂੰ ਪਿਆਰ ਕਰਦੇ ਆ ਇਹ ਸਾਡੇ ਸਿੱਖਾਂ ਦੇ ਵਿੱਚ ਇੱਕ ਨਫ਼ਰਤ ਆ ਗਈ ਆ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਨਾ ਭੱਜ ਭੱਜ ਕੇ ਉਹ ਮੇਰਾ ਤਾਂ ਫਲਾਣੇ ਨੇ ਆਹ ਕੰਮ ਨਹੀਂ ਕੀਤਾ ਜੀ ਮੇਰਾ ਫਲਾਣੇ ਨੇ ਆਹ ਕੰਮ ਕੀਤਾ ਨਹੀਂ ਅਸੀਂ ਸਵੇਰੇ ਸ਼ਾਮ ਅਰਦਾਸ ਕਰਦੇ ਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਉਤਰਾ ਆਪਾਂ ਸੋਚਨੇ ਆ ਕੌਮੀ ਲੈਵਲ ਦੀਆਂ ਗੱਲਾਂ ਇਹ ਲੋਕ ਸੋਚਦੇ ਨੇ ਧਰਤੀ ਦੀਆਂ ਗੱਲਾਂ ਮੇਰੀਆਂ ਚਾਰ ਈਟਾਂ ਨਹੀਂ ਲਾਈਆਂ ਜੀ ਉੱਥੇ ਮੇਰੇ ਘਰ ਨੂੰ ਖੜਵੰਜਾ ਨਹੀਂ ਲਾਇਆ ਜੀ ਮੈਂ ਤਾਂ ਰੋਸ ਗਿਆ ਜੀ ਮੇਰਾ ਫਿਰ ਲਾਇਸੈਂਸ ਨਹੀਂ ਬਣਾ ਕੇ ਦਿੱਤਾ ਜੀ ਇਸ ਕਰਕੇ ਇਹਨਾਂ ਲੋਕਾਂ ਦੀ ਇਨੀ ਪ੍ਰਵਾਹ ਨਹੀਂ ਕਰੀਦੀ ਹੁੰਦੀ ਇਹ ਲੋਕ ਜਦੋਂ ਵੇਖੀ ਕਿਤੇ ਅਕਾਲੀ ਦਲ ਦੀ ਗੱਲ ਚੱਲੀ ਪਾਜ ਕੇ ਅਕਾਲੀ ਦਲ ਦੇ ਬੂਹੇ ਆ ਚੜਨਗੇ ਸੋ ਇਹ ਨਾ ਇਹ ਲੋਕਾਂ ਦੀ ਸੋਚ ਨਹੀਂ ਹੈਗੀ ਸੋਚ ਰੱਖੋ ਹਮੇਸ਼ਾ ਆਪਦੀ ਕੌਮੀ ਲੈਵਲ ਤੇ ਸੋਚ ਰੱਖੋ ਇਸ ਕਰਕੇ ਅਕਾਲੀ ਦਲ ਨੂੰ ਪਿਆਰ ਕਰਦੇ ਆ ਸਭ ਤੋਂ ਵੱਡੀ ਇਹ ਗੱਲ ਹੈ ਵੀ ਹਮੇਸ਼ਾ ਹੀ ਕਾਲੀ ਦਲ ਨੂੰ ਜਦੋਂ ਵੀ ਸੱਤਾ ਚ ਆਈ ਹੈ ਜਿਹੜੇ ਲੋਕ ਗੱਲਾਂ ਕਰਦੇ ਹਨ ਅੱਜ ਵੀ ਉਹ ਵੇਖੋ ਜੀ ਕਾਲੀਆਂ ਵੇਲੇ ਹੋ ਗਿਆ ਹੋ ਗਿਆ ਇਹ ਕੋ ਪਹਿਲੀ ਵਾਰ ਹੋਇਆ ਜੋਂ ਕਾਲੀ ਦਲ ਨੇ ਪੰਜਾਬੀ ਸੂਬੇ ਦਾ ਮੋਰਚਾ ਲਿਆ ਲਾਇਆ ਪੰਜਾਬੀ ਸੂਬਾ ਲਿਆ ਉਦੋਂ ਬਾਅਦ ਜਿੰਨੀ ਵਾਰ ਵੀ ਕਾਲੀ ਦਲ ਦੀ ਸਰਕਾਰ ਬਣੀ ਕੋਈ ਨਾ ਕੋਈ ਧਾਰਮਿਕ ਭਾਵਨਾਵਾਂ ਭੜਕਾ ਕੇ ਕੋਈ ਹੋਰ ਮੁੱਦੇ ਬਣਾ ਕੇ ਕੇਂਦਰ ਚ ਬੈਠੀ ਕਾਂਗਰਸ ਨੇ ਤੋੜੀ ਹਮ ਇਹੀ ਕਾਰਨ ਸੀ ਕਾਲੀ ਦਲ ਨੂੰ ਬੀਜੇਪੀ ਨਾਲ ਸਮਝੌਤਾ ਕਰਨਾ ਪਿਆ ਕਿ ਸਾਨੂੰ ਸਾਡਾ ਰਾਜ ਭਾਗ ਨਹੀਂ ਕਰਨ ਦਿੰਦੇ ਸਾਨੂੰ ਇਹ ਤੋੜ ਕੇ ਰੱਖ ਦਿੰਦੇ ਇੱਕ ਪਾਈਚਾਰਕ ਸਾਂਝ ਬਣਾਈ ਤੇ ਆਹੀ ਹੁਣ ਗੱਲ ਕੀ ਹੈ ਮੁੜ ਕੇ ਜੇ 97 ਚ ਰਾਜ ਆਇਆ ਤਾਂ ਬੜਾ ਕੁਝ ਹੋਇਆ ਇੱਥੇ ਜੇ 2007 ਚ ਆਇਆ ਤੇ ਤਾਂ ਇਹਨਾਂ ਨੇ ਬੜਾ ਕੁਝ ਕੀਤਾ ਜੇ 2015 ਦੇ ਵਿੱਚ ਜਦੋਂ ਵੇਖਿਆ 25 ਸਾਲ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਇਹਨਾਂ ਦਾ ਤੇ ਆ ਜਿਹੜੀਆਂ ਘਟਨਾਵਾਂ ਸਾਰੀਆਂ ਵਾਪਰੀਆਂ ਨਾ ਇਹ ਇਹਨਾਂ ਲੋਕਾਂ ਦੀ ਦੇਣੀਆਂ ਇਹ ਏਜੰਸੀਆਂ ਨੇ ਕਰਵਾਇਆ ਔਰ ਕਾਲੀ ਦਲ ਕਰ ਗਿਆ ਸਾਰਾ ਕੁਝ ਸੋਚ ਰਹਿਣਾ ਜਿਹੜੇ ਬੋਲਦੇ ਇਹਨਾਂ ਨੂੰ ਬੋਲੀ ਜਾਣਦੇ ਕਾਲੀ ਆ ਅਕਾਲੀ ਰਹਾਂਗੇ ਪ੍ਰਵਾਨ ਹੀ ਕਰੀਦੀ ਹੁੰਦੀ ਇਹਨਾਂ ਦੀ ਸਾਡੀ ਸੋਚ ਕਾਲੀ ਹੈ ਅਸੀਂ ਕਾਲੀ ਦਲ ਦੀ ਸਮਰਪਤਾ ਤਾਂ ਰਹਿਣਾ ਕਿ ਸਾਡੀ ਕੌਮੀ ਲੈਵਲ ਦੀ ਪਾਰਟੀ ਹੈ ਥੱਲੇ ਗਲੀਆਂ ਗੁਲੀਆਂ ਵਾਲੀਆਂ ਗੱਲਾਂ ਨਹੀਂ ਅਸੀਂ ਸੋਚਦੇ ਨਾ ਮੈਂਬਰੀਆਂ ਸਰਪੰਚੀਆਂ ਬਾਰੇ ਸੋਚਦੇ ਆ ਵੱਡੇ ਲੈਵਲ ਦੀ ਗੱਲ ਸੋਚਣੀ ਚਾਹੀਦੀ ਹਮੇਸ਼ਾ ਹੀ